ਜ਼ਰੀਨਾ ਬਲੋਚ ਦੀ ਕਹਾਣੀ ਹੈ ਜੀਜੀ 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 ਮੈਨੂੰ ਗੁड़िया ਲਈ ਦੋ ਤਿੰਨ ਕਾਤਰਾਂ ਦੇ ਦਿਓ ਮੇਰੀ ਗੱਲ ਦੇ ਜਵਾਬ ਚ ਜੀਜੀ ਨੇ ਕੋਈ ਜਵਾਬ ਨਾ ਦਿੱਤਾ ਤਾਂ ਮੈਂ ਫਿਰ ਉੱਚੀ ਆਵਾਜ਼ ਚ ਗਿਆ ਜੀਜੀ ਕੀ ਕਰ ਰਹੇ ਹੋ ਕੀ ਮੇਰੀ ਆਵਾਜ਼ ਸੁਣਾਈ ਨਹੀਂ ਦੇ ਰਹੀ ਮੈਨੂੰ ਦੋ ਤਿੰਨ ਕਾਤਰਾਂ ਦੇ ਦਿਓ ਇਸ ਵਾਰੀ ਵੀ ਕੋਈ ਜਵਾਬ ਨਾ ਮਿਲਿਆ ਉਹੀ ਚੁੱਪ ਵਾਪਰੀ ਰਹੀ ਮੈਂ ਕੰਨ ਤੇ ਛੜ ਕੇ ਹੇਠਾਂ ਦੇਖਿਆ ਜੀਜੀ ਨਮਾਜ਼ ਪੜ ਰਹੀ ਸੀ ਜਦੋਂ ਸਲਾਮ ਫੇਰ ਲਿਆ ਤਾਂ ਮੈਨੂੰ ਦੇਖ ਕੇ ਹੱਸਣ ਲੱਗੀ ਕਹਿਣ ਲੱਗੀ ਨਹੀਂ ਕੁੜੀਏ ਨਮਾਜ਼ ਵੀ ਨਹੀਂ ਪੜਨ ਦਿੰਦੀ ਦੂਜੇ ਪਾਸੇ ਦੀ ਘੁੰਮ ਕੇ ਆ ਕੇ ਉਹ ਨਹੀਂ ਜਾਂਦੀ ਧੁੱਪੇ ਪੈਰ ਸੜ ਰਹੇ ਹੋਣਗੇ ਨਹੀਂ ਜੀ ਜੀ ਪੈਰ ਤਾਂ ਨਹੀਂ ਸੜ ਰਹੇ ਮੈਂ ਰੱਸੀ ਲਮਕਾ ਦੇਣੀ ਆ ਬਸ ਉਸ ਨਾਲ ਦੋ ਤਿੰਨ ਕਾਤਰਾ ਬੰਨ ਦਿਓ ਬੇਟਾ ਇਸ ਵੇਲੇ ਤਾਂ ਮੇਰੇ ਕੋਲ ਕਾਤਰਾ ਹੈ ਨਹੀਂ ਜਦੋਂ ਕੱਪੜੇ ਕੱਟਾਂਗੀ ਤੈਨੂੰ ਕਾਤਰਾ ਦੇ ਦੇਾਂਗੀ ਜੀ ਜੀ ਤੁਸੀਂ ਬਸ ਮੈਨੂੰ ਇੰਜ ਹੀ ਟਾਲ ਦਿੰਦੇ ਹੋ ਕੱਲ ਵੀ ਕਿਹਾ ਸੀ ਕੱਲ ਨੂੰ ਦੇਾਂਗੀ ਅੱਜ ਤਾਂ ਮੇਰੀ ਗੁੜੀਆ ਦੀ ਸ਼ਾਦੀ ਹੈ ਮੈਂ ਹੁਣ ਤੱਕ ਉਹਦਾ ਦਹੇਜ ਵੀ ਨਹੀਂ ਬਣਾਇਆ ਮੈਂ ਮਾਇੂਸੀ ਜਈ ਨਾਲ ਗਿਆ ਅੱਛਾ ਮੰਮੜੀ ਪੇਟੀ 'ਚ ਦੇਖਦੀਆਂ ਇਹ ਕਹਿੰਦੀ ਹੋਈ ਉਹ ਕੋਠੜੀ 'ਚ ਚਲੀ ਗਈ ਤੇ ਦੋ ਤਿੰਨ ਕਾਤਰਾਂ ਲੱਭ ਕੇ ਲਿਆਈ ਤੇ ਰੱਸੀ ਨਾਲ ਬੰਨ ਦਿੱਤੀਆਂ ਮੈਂ ਉਹਨਾਂ ਕਾਤਰਾਂ ਨਾਲ ਆਪਣੀ ਗੁੜੀਆ ਦੇ ਕੱਪੜੇ ਬਣਾਉਣ ਲੱਗ ਪਈ ਜੀਜੀ ਦਾ ਸਾਡਾ ਘਰ ਨਾਲੋਂ ਨਾਲ ਸੀ ਵਿਚਕਾਰ ਸਿਰਫ ਇੱਕ ਕੰਧ ਸੀ ਉਹਨਾਂ ਦਾ ਦਰਵਾਜ਼ਾ ਦੂਜੇ ਪਾਸੇ ਗਲੀ 'ਚ ਸੀ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਮੇਰੇ ਸੋਈ ਦੀ ਕੰਧ ਨਾਲ ਪੌੜੀ ਲਾ ਕੇ ਉਹਨਾਂ ਦੀ ਛੱਤ ਤੇ ਚੜ ਜਾਂਦੀ ਉੱਥੋਂ ਰੱਸੀ ਲਟਕਾ ਕੇ ਜੀਜੀ ਤੋਂ ਜਿਹੜੀ ਚੀਜ਼ ਵੀ ਲੈਣੀ ਹੁੰਦੀ ਲੈ ਲੈਂਦੀ ਜੀਜੀ ਕੱਪੜੇ ਸਸਤੇ ਸਿਉਂਦੀ ਸੀ ਇਹੋ ਕਾਰਨ ਸੀ ਕਿ ਸਾਰੇ ਮੱਲੇ ਵਾਲੇ ਉੱਥੋਂ ਕੱਪੜੇ ਸਿਵਾਉਂਦੇ ਸੀ ਬੁਰਕਾ ਸਿਉਣ ਲਈ ਉਹ ਬੜੀ ਮਸ਼ਹੂਰ ਸੀ ਸਿਵਾਈ ਦੇ ਪੈਸੇ ਵੀ ਕਿੰਨੇ ਇਹ ਕੋਈ 5 ਜਾਂ 6 ਰੁਪਏ ਮਹਿੰਗੇ ਤੋਂ ਮਹਿੰਗਾ ਬੁਰਕਾ 10 ਰੁਪਏ ਚ ਜਿਸ ਚ 1.5 ਰੁਪਿਆ ਬੁਰਕੇ ਦੀ ਅੱਖਾਂ ਵਾਲੀ ਜਾਲੀ ਦਾ 88 ਟੋਪੀ ਦੇ ਬਾਕੀ 4-5 ਵੱਜ ਜਾਂਦੇ ਸੀ ਤੇ ਮਰਦਾਨੀ ਕਮੀਜ਼ ਦੀ ਸਿਲਾਈ 12 ਨੇ ਸਲਵਾਰ ਦੀ 8 ਥਾਂ ਨੇ ਜਨਾਨਾ ਜੈਂਪਰ ਤੇ ਸਲਵਾਰ 1 ਰੁਪਿਆ ਤੇ ਜੀਜੀ ਕੋਲ ਜਨਾਨੀਆਂ ਦਾ ਇੱਕ ਮੇਲਾ ਜਿਹਾ ਲੱਗਿਆ ਰਹਿੰਦਾ ਉਹ ਸਾਰੇ ਘਰ ਦੇ ਰੁੱਸੇ ਗਿਲੇ ਝਗੜੇ ਟੰਟੇ ਖੁਸ਼ੀ ਗਮੀ ਫੈਸਲੇ ਇੱਥੇ ਆ ਕੇ ਕਰਦੀਆਂ ਜੀਜੀ ਵੀ ਉਹਨਾਂ ਦੀਆਂ ਗੱਲਾਂ ਬੜੀ ਦਿਲਚਸਪੀ ਨਾਲ ਸੁਣਦੀ ਉਹਦੀ ਬੁੱਢੀ ਮਾਂ ਖੁਸ਼ੀਆਂ ਜਿਹਦਾ ਦੀਦੀ ਉਮਰ ਤਕਰੀਬਨ 70 ਸਾਲ ਸੀ ਕਿ ਨਿੱਕੀ ਜਿਹੀ ਮੰਜੀ ਤੇ ਪਈ ਗੱਲਾਂ ਕਰਦੀ ਰਹਿੰਦੀ ਉਹਨੂੰ ਦਮੇ ਦੀ ਬਿਮਾਰੀ ਸੀ ਕਦੇ-ਕਦੇ ਉਹ ਬਾਹਰ ਵੇੜੇ 'ਚ ਬੈਠ ਜਾਂਦੀ ਸੀ ਜਿੱਥੇ ਜੀਜੀ ਕੰਧ ਦੀ ਛਾਂ 'ਚ ਸਲਾਈ ਵਾਲੀ ਮਸ਼ੀਨ ਢਾ ਕੇ ਬੈਠੀ ਹੁੰਦੀ ਤੇ ਸਲਾਈ ਕਰਦੀ ਰਹਿੰਦੀ ਉਹਦੇ ਲਾਗੇ ਹੀ ਮੰਜੀ ਤੇ ਚਾਰ-ਪੰਜ ਔਰਤਾਂ ਬੈਠੀਆਂ ਹੁੰਦੀਆਂ ਸੀ ਉਹਨਾਂ 'ਚੋਂ ਕੋਈ ਨਾਨੀ ਲਈ ਹੁੱਕਾ ਤਾਜ਼ਾ ਕਰਦੀ ਕੋਈ ਚੁੱਲ੍ਹੇ 'ਚ ਨੱਪਿਆ ਹੋਇਆ ਅੰਗਿਆਰ ਕੱਢ ਕੇ ਚਿਲਮ 'ਚ ਰੱਖਦੀ ਕਦੇ-ਕਦੇ ਨਾਨੀ ਕੂਕ ਕੇ ਕਹਿੰਦੀ ਸੀ ਆਸ਼ੋ ਮੇਰੀ ਨਾਸ ਵਾਲੀ ਡੱਬੀ ਮੰਜੇ ਤੋਂ ਚੁੱਕ ਕੇ ਫੜਾਈ ਮੈਨਸ ਕੇ ਨਾਸ ਵਾਲੀ ਡੱਬੀ ਨਾਨੀ ਨੂੰ ਲਿਆ ਕੇ ਫੜਾ ਦਿੰਦੀ ਸਾਰੀਆਂ ਔਰਤਾਂ ਨਾਨੀ ਤੇ ਜੀਜੀ ਦੇ ਕੰਮ ਤੇ ਖੁਸ਼ ਹੁੰਦੀਆਂ ਇਸ ਲਈ ਕਿ ਕਿਸੇ ਨੇ ਆਪਣੇ ਮੁੰਡੇ ਦੀ ਕਮੀਜ਼ ਜਲਦੀ ਲੈਣੀ ਹੁੰਦੀ ਕਿਸੇ ਨੂੰ ਬੁਰਕਾ ਸਵਾਉਣ ਦੀ ਕਾਹਲ ਹੁੰਦੀ ਬੱਚਿਆਂ ਨੂੰ ਗੁੱਡੀਆਂ ਲਈ ਕਾਤਰਾਂ ਦੀ ਲੋੜ ਹੁੰਦੀ ਸੀ ਇਸ ਲਾਲਚ ਵਸ ਬੱਚੇ ਉਹਦਾ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਕੋਈ ਦੌੜ ਕੇ ਦੁਕਾਨ ਤੋਂ ਸਮਾਨ ਲੈ ਆਉਂਦਾ ਕੋਈ ਨਹਾਉਣੇ 'ਚ ਨਹਾਉਣ ਤੇ ਬੁਝੂ ਕਰਨ ਲਈ ਪਾਣੀ ਭਰ ਕੇ ਰੱਖ ਦਿੰਦਾ ਜੀਜੀ ਦਾ ਭਰਾ ਮਾਮਾ ਪੀਰ ਲੱਕੜ ਦਾ ਸ਼ੈਨਸ਼ਾ ਕਾਰੀਗਰ ਸੀ ਜਦੋਂ ਕਿਤੋਂ ਕੰਮ ਮਿਲਦਾ ਤਾਂ ਕਈ-ਕਈ ਮਹੀਨੇ ਕੰਮ ਕਰਦਾ ਰਹਿੰਦਾ ਜਦੋਂ ਕੰਮ ਨਾ ਮਿਲਦਾ ਤਾਂ ਮਹੀਨਿਆਂ ਬੱਧੀ ਬੇਕਾਰ ਬੈਠਾ ਰਹਿੰਦਾ ਮਾਮਾ ਪੀਰ ਬਖਸ਼ ਸੂਰਜ ਦੇ ਛਪਾਰ ਨਾਲ ਸਖੀ ਬਾਬਾ ਦੀ ਸਲਾਮੀ ਭਰਨ ਜਾਂਦਾ ਜੁਮੇ ਰਾਤ ਨੂੰ ਸਾਈ ਸਰਫਰਾਜ਼ ਸ਼ਹੀਦ ਦੀ ਸਲਾਮੀ ਭਰਨ ਲਈ ਜਾਂਦਾ ਸੀ ਬਾਕੀ ਸਾਰਾ ਦਿਨ ਉਹ ਮੰਜੀ ਤੇ ਪਿਆਸ ਉੱਤਾ ਰਹਿੰਦਾ ਕੰਨਾਂ ਤੋਂ ਬੋਲਾ ਸੀ ਇਸ ਲਈ ਔਨ ਜਾਣ ਵਾਲਿਆਂ ਦੇ ਰੌਲੇ ਰੱਟੇ ਤੋਂ ਬੇਪਰਵਾਹ ਸੀ ਜੀਜੀ ਸਵੇਰ ਸਵੇਰੇ ਉੱਠਦੀ ਜ਼ਰੂਰਤਾਂ ਤੋਂ ਫਾਰਗ ਹੋ ਕੇ ਚੁੱਲ੍ਹਾ ਵਾਲ ਦੀ ਖਾਣਾ ਬਣਾਉਂਦੀ ਖਾਣਾ ਖਾ ਕੇ ਟੰਕੀ ਹੇਠ ਭਾਂਡੇ ਸਾਫ਼ ਕਰਨ ਬੈਠ ਜਾਂਦੀ ਇੱਥੇ ਕੰਧ 'ਚ ਕਲਮਾਰੀ ਬਣੀ ਹੋਈ ਸੀ ਭਾਂਡੇ ਸਾਫ਼ ਕਰਕੇ ਉਹਨਾਂ ਨੂੰ ਅਲਮਾਰੀ 'ਚ ਛਿਣ ਦਿੰਦੀ ਫਿਰ ਹੱਥ ਧੋ ਕੇ ਮਸ਼ੀਨ ਤੇ ਬੈਠ ਜਾਂਦੀ ਉਦੋਂ ਤੱਕ ਉਸ ਕੋਲ ਕੋਈ ਔਰਤਾਂ ਆ ਜਾਂਦੀਆਂ ਜਿਨ੍ਹਾਂ ਨਾਲ ਉਹ ਗੱਲਾਂ ਵੀ ਕਰਦੀ ਰਹਿੰਦੀ ਤੇ ਸਲਾਈ ਮਸ਼ੀਨ ਵੀ ਚਲਾਉਂਦੀ ਰਹਿੰਦੀ ਵੱਡੇ-ਵੱਡੇ ਸਾਹਮਣੇ ਦੋ ਕੋਠੜੀਆਂ ਸੀ ਜਿਨ੍ਹਾਂ ਚੋਂ ਛੋਟੀ ਕੋਠੜੀ 'ਚ ਲੱਕੜ ਦਾ ਛੋਟਾ ਝੂਲਾ ਪਿਆ ਸੀ ਤੇ ਵੱਡੀ 'ਚ ਤਰਖਾਨ ਮਾਮੇ ਦਾ ਸਮਾਨ ਸੀ ਪੁਰਾਣੀਆਂ ਲੱਕੜਾਂ ਤੇ ਡੱਬੇ ਵਗੈਰਾ ਤੇ ਦਰਵਾਜ਼ੇ ਦੇ ਨਾਲ ਜੀਜੀ ਦੀਆਂ 4-5 ਸੰਦੂਕੜੀਆਂ ਉੱਪਰ ਇਹ ਉੱਪਰ ਹੀਟ ਰੱਖੀਆਂ ਸੀ ਜਿਨ੍ਹਾਂ 'ਚ ਸਿਉਂਤੇ ਬਿਨਾ ਸਿਉਂਤੇ ਕੱਪੜੇ, ਜੇਵਰ ਤੇ ਮਹੱਲੇ ਦੀਆਂ ਔਰਤਾਂ ਦੀਆਂ ਅਮਾਨਤਾਂ ਰੱਖੀਆਂ ਸੀ ਗਰੀਬ ਔਰਤਾਂ ਚੋਰੀ ਦੇ ਡਰ ਕਾਰਨ ਤੇ ਆਪਣੇ ਸ਼ੌਹਰ ਤੋਂ ਲੁਕਾਈ ਰਕਮ ਉਸ ਕੋਲ ਰੱਖ ਜਾਂਦੀਆਂ ਤੇ ਜੀਜੀ ਉਹ ਬਿਨਾਂ ਗਿਣੇ ਜਿੰਨੇ ਵੀ ਹੁੰਦੇ ਹਿਫਾਜ਼ਤ ਨਾਲ ਰੱਖ ਦਿੰਦੀ ਕਦੀ ਕਦੀ ਤਾਂ ਉਹਦਾ ਇਹ ਪਿਆਰ ਤੇ ਸਾਦਗੀ ਉਸ ਲਈ ਮੁਸੀਬਤ ਬਣ ਜਾਂਦੀ ਔਰਤਾਂ ਝਗੜਾ ਫਸਾਦ ਕਰਕੇ ਵੱਧ ਰਕਮ ਵਸੂਲ ਲੈ ਜਾਂਦੀਆਂ ਗਰਮੀ ਹੋਵੇ ਭਾਵੇਂ ਸਰਦੀ ਉਹਦੇ ਨਿਤ ਕਾਰਜਾਂ 'ਚ ਕੋਈ ਫਰਕ ਨਹੀਂ ਸੀ ਹੁੰਦਾ ਉਹਦਾ ਚਿਹਰਾ ਹਮੇਸ਼ਾ 14ਵੀਂ ਦੇ ਚੰਨ ਵਾਂਗ ਚਮਕਦਾ ਰਹਿੰਦਾ ਆਨਗਵਾਂ ਦੇ ਸ਼ਾਦੀ ਵਿਆਹ ਸਮੇਂ ਮੱਲੇ ਦੀਆਂ ਔਰਤਾਂ ਦੇ ਨਾਲ ਜਾਂਦੀ ਮੇਰੀ ਅੰਮੀ ਤੇ ਅੱਬੂ ਮੈਨੂੰ ਜੀਜੀ ਨਾਲ ਜਾਣ ਤੋਂ ਕਦੀ ਮਨਾਂ ਨਹੀਂ ਕਰਦੇ ਹੁੰਦੇ। ਹਾਂ, ਇਕੱਲੀ ਨੂੰ ਜਾਣ ਨਹੀਂ ਸੀ ਦਿੰਦੇ। ਜਦੋਂ ਉਹਨਾਂ ਨੂੰ ਯਕੀਨ ਹੁੰਦਾ ਕਿ ਜੀਜੀ ਵੀ ਜਾ ਰਹੀ ਐ, ਉਹ ਖੁਸ਼ੀ ਨਾਲ ਇਜਾਜ਼ਤ ਦੇ ਦਿੰਦੇ। ਮੈਨੂੰ ਦੋ ਸ਼ੌਕ ਸੀ, ਇੱਕ ਤਾਂ ਗੁੱਡੀਆਂ ਲਈ ਕੱਤਰਾਂ ਜਮਾ ਕਰਨ ਦਾ ਤੇ ਦੂਜਾ ਮਸ਼ੀਨ ਚਲਾਉਣ ਦਾ। ਇਸ ਲਈ ਮੈਂ ਸਾਰਾ ਦਿਨ ਜੀਜੀ ਕੋਲ ਬੈਠੀ ਰਹਿੰਦੀ ਸੀ। ਜੀਜੀ ਜਦੋਂ ਬੁਰਕਾ ਸਿਉਂਦੀ ਤਾਂ ਮੈਨੂੰ ਮਸ਼ੀਨ ਚਲਾਉਣ ਲਈ ਕਹਿ ਦਿੰਦੀ। ਖੁਦ ਵੱਟ ਸਿੱਧੇ ਕਰਕੇ ਸਿਉਣਾ ਪਾਉਂਦੀ ਰਹਿੰਦੀ। ਜ਼ਿਆਦਾ ਮਸ਼ੀਨ ਚਲਾਉਣ ਕਰਕੇ ਜੀਜੀ ਦਾ ਹੱਥ ਪੀੜ ਹੋਣ ਲੱਗਦਾ। ਮੈਂ ਦੁਆ ਮੰਗਦੀ ਕਿ ਭਾਗਲ ਸ਼ੇਰੀਆਨੀ ਜਲਦੀ ਆ ਜਾਏ। ਜਿਵੇਂ ਹੀ ਭਾਗ ਲਾਉਂਦੀ ਜੀਜੀ ਉਸ ਨਾਲ ਗੱਲਾਂ ਕਰਨ ਲੱਗ ਪੈਂਦੀ ਤੇ ਮਸ਼ੀਨ ਮੇਰੇ ਹਵਾਲੇ ਕਰ ਦਿੰਦੀ। ਮਾਮਾ ਕੰਮ ਤੇ ਗਿਆ ਹੁੰਦਾ ਸੀ ਤੇ ਨਾਨੀ ਸੁੱਤੀ ਵੀ ਹੁੰਦੀ ਸੀ। ਭਾਗਲ ਤੇ ਜੀਜੀ ਢੇਰ ਤੱਕ ਗੱਲਾਂ ਕਰਦੀਆਂ ਰਹਿੰਦੀਆਂ। ਗੱਲਾਂ ਕਰਦੀ ਕਰਦੀ ਜੀਜੀ ਅਕਸਰ ਆਵਾਜ਼ ਮਾਰ ਕੇ ਕਹਿੰਦੀ ਅਸ਼ੋ ਜਾ ਜ਼ਰਾ ਬਾਹਰਲੇ ਦਰਵਾਜ਼ੇ ਦੀ ਕੁੰਡੀ ਤਾਂ ਲਾਇਆ। ਇਸ ਫਕੀਰਨੀ ਨੇ ਕੋਈ ਨਾ ਕੋਈ ਚੀਜ਼ ਚੁੱਕ ਕੇ ਲੈ ਜਾਣੀ। ਜੀਜੀ ਕੋਲ ਬਹੁਤ ਸਾਰੀਆਂ ਫਕੀਰਨੀਆਂ ਹੁੰਦੀਆਂ ਸੀ ਤੇ ਕਿਸੇ ਨੂੰ ਖਾਲੀ ਹੱਥ ਨਹੀਂ ਸੀ ਜਾਣ ਦਿੰਦੀ ਹਰੇਕ ਨੂੰ ਕੁਝ ਨਾ ਕੁਝ ਜ਼ਰੂਰ ਦੇ ਦਿੰਦੀ ਕਿਸੇ ਨੂੰ ਆਟਾ ਕਿਸੇ ਨੂੰ ਰੋਟੀ ਦੇ ਟੁਕੜੇ ਤੇ ਪੁਰਾਣੇ ਕੱਪੜੇ ਪਰ ਉਹਨਾਂ ਫਕੀਰਨੀਆਂ ਦੀ ਆਦਤ ਸੀ ਕਿ ਮੌਕਾ ਮਿਲਦੀ ਹੈ ਕੋਈ ਨਾ ਕੋਈ ਚੀਜ਼ ਚੁੱਕ ਕੇ ਲੈ ਜਾਂਦੀਆਂ ਮੈਂ ਜਾ ਕੇ ਕੁੰਡੀ ਲਾ ਆਉਂਦੀ ਸੀ ਫਿਰ ਜਦੋਂ ਮਸ਼ੀਨ ਤੇ ਬੈਠਣ ਦੀ ਕੋਸ਼ਿਸ਼ ਕਰਦੀ ਤਾਂ ਉਹ ਕਹਿੰਦੀ ਆsho ਪੁੱਤਰਾ ਦਰਵਾਜ਼ਾ ਵੀ ਬੰਦ ਕਰ ਦੇ ਮੱਖੀਆਂ ਵੜ ਆਉਂਦੀਆਂ ਨੇ ਤੇ ਕੋਠੜੀ ਦਾ ਦਰਵਾਜ਼ਾ ਵਿੜੇਚ ਖੁੱਲਦਾ ਹਸੀ ਉਹ ਹਮੇਸ਼ਾ ਬੰਦ ਰਹਿੰਦਾ ਸੀ ਵਿਚਕਾਰਲਾ ਦਰਵਾਜ਼ਾ ਬੰਦ ਹੋਣ ਤੇ ਮੈਂ ਬੜੀ ਖੁਸ਼ ਹੁੰਦੀ ਸੀ ਮੌਕਾ ਮਿਲਦੀ ਹੈ ਆਪਣੀ ਆਪਣੀਆਂ ਗੁੱਡੀਆਂ ਦੇ ਕੱਪੜੇ ਸੀ ਲੈਂਦੀ ਮੇਰੀਆਂ ਲਗਭਗ 20 ਦੇ ਕਰੀਬ ਗੁੱਡੀਆਂ ਸਨ ਤੇ ਉਹਨਾਂ ਦੇ ਬੱਚੇ ਵੀ ਸੀ ਤੇ ਉਹਨਾਂ ਚੋਂ ਕੋਈ ਮੈਨੂੰ ਇੱਕ ਵਧੇਰੇ ਪਸੰਦ ਸੀ ਜਿਹੜੀ ਅੰਮੀ ਨੇ 1 ਰੁਪਏ 'ਚ ਸਫਰਾਂ ਦੀ ਸਫੂਰਾਂ ਦੀ ਕਜ਼ਨ ਤੋਂ ਬਣਵਾ ਕੇ ਦਿੱਤੀ ਸੀ ਉਹਦੀਆਂ ਵੱਡੀਆਂ-ਵੱਡੀਆਂ ਅੱਖਾਂ ਲੰਬੇ-ਲੰਬੇ ਵਾਲ ਛੋਟੇ ਤੇ ਖੂਬਸੂਰਤ ਹੱਥ ਪੈਰ ਅਜਿਹੀ ਜਿਵੇਂ ਪਦਮਣੀ ਕਿਸੇ ਕਹਾਣੀਆਂ ਦੀ ਮਸ਼ਹੂਰ ਤੇ ਡਾਡੀ ਖੂਬਸੂਰਤ ਪਾਤਰ ਇਕ ਰਾਣੀ ਇੱਕ ਗੁੱਡੀ ਮੈਨੂੰ ਇੰਨੀ ਪਿਆਰੀ ਸੀ ਕਿ ਮੈਂ ਉਹਦਾ ਨਾਂ ਜੀਜੀ ਦੇ ਨਾਂ ਤੇ ਰੱਖ ਦਿੱਤਾ ਉਹ ਸਾਰੀਆਂ ਗੁੱਡੀਆਂ ਦੀ ਮਹਾਰਾਣੀ ਸੀ ਇਹ ਗੁੱਡੀ ਜਿਹੜੀ ਮੈਨੂੰ ਰੋਮੀ ਨੇ ਬਣਾ ਕੇ ਦਿੱਤੀ ਸੀ ਉਹਦੀਆਂ ਅੱਖਾਂ ਛੋਟੀਆਂ ਸੀ ਮੋਟੀ ਤੇ ਬੇਡੋਲ ਮੈਨੂੰ ਬਿਲਕੁਲ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਪਾਗਲ ਸ਼ੇਰੀਆਣੀ ਹੋਵੇ ਤੇ ਮੈਂ ਉਹਦਾ ਨਾਂ ਵੀ پاگل ਰੱਖਿਆ ਹੋਇਆ ਸੀ ਤੇ ਉਹਨੂੰ ਦੂਜੀਆਂ ਗੁੱਡੀਆਂ ਦੀ ਨੌਕਰਾਨੀ ਬਣਾ ਦਿੱਤਾ ਸੀ ਉਹ ਸਾਰਾ ਦਿਨ ਦੂਜੀਆਂ ਗੁੱਡੀਆਂ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ پاگل ਨੂੰ ਹਰ ਵੇਲੇ ਪੈਸਿਆਂ ਦੀ ਲੋੜ ਰਹਿੰਦੀ ਸੀ ਇੱਕ ਦਿਨ ਮੈਂ ਅੰਮੀ ਦੇ ਕਿਸੇ ਕੰਮ ਜੀਜੀ ਕੋਲ ਗਈ ਦੇਖਿਆ پاگل ਹੁੱਕਾ ਪੀ ਰਹੀ ਐ ਤੇ ਜੀਜੀ ਮਸ਼ੀਨ ਚਲਾ ਰਹੀ ਐ ਜੀਜੀ ਮਸ਼ੀਨ ਚਲਾ ਰਹੀ ਸੀ ਨਾਨੀ ਬਾਰ ਮੰਜੀ ਤੇ ਤੁੱਪ 'ਚ ਸੁੱਤੀ ਹੋਈ ਸੀ پاگل ਨੇ ਮੈਨੂੰ ਦੇਖ ਕੇ ਜੀਜੀ ਨੂੰ ਕਿਹਾ ਦੇਖ ਆਸ਼ੂ ਆਈਏ ਇਹਨੂੰ ਭੇਜ ਦੇ ਜੀਜੀ ਨੇ ਮੈਨੂੰ ਦੇਖ ਕੇ ਹੌਲੀ ਜਿਹਾ ਚਾ ਚੰਗਾ ਹੋਇਆ ਤੂੰ ਆ ਗਈ ਖੜੇ ਪੈਰ ਹਲੇਮਾ ਤੋਂ 200 ਰੁਪਏ ਤਾਂ ਫੜ ਲਿਆ ਮੈਂ ਹਲੇਮਾ ਤੋਂ ਪੈਸੇ ਲੈ ਕੇ ਜਿਵੇਂ ਗਲੀ ਚ ਪਹੁੰਚੀ ਦੇਖਿਆ ਸਾਹਮਣੇ ਉਹ ਪਾਗਲ ਆ ਰਹੀ ਐ ਅਚਾਨਕ ਹੱਥ ਵਧਾ ਕੇ ਉਹਨੇ ਮੇਰੇ ਹੱਥੋਂ ਪੈਸੇ ਖੋ ਲੈ ਮੈਂ ਕਿਹਾ ਮਾਸੀ ਇਹ ਪੈਸੇ ਜੀਜੀ ਦੇ ਨੇ ਤੇਰੀ ਅੰਮੀ ਜੀਜੀ ਦੇ ਨੇ ਮੇਰੀ ਐ ਉਹਨੇ ਮੈਨੂੰ ਕਰੜੀ ਆਵਾਜ਼ ਚ ਕਿਹਾ ਮੈਂ ਰੋਂਦਿਆਂ ਰੋਂਦਿਆਂ ਜੀਜੀ ਕੋਲ ਪਾਗਲ ਦੀ ਸ਼ਿਕਾਇਤ ਕੀਤੀ ਜੀਜੀ ਨੇ ਕਿਹਾ ਮੰਮੜੀ ਇਹ ਪੈਸੇ ਮੈਂ ਪਾਗਲ ਲਈ ਹੀ ਮੰਗਵਾਏ ਸੀ ਮੈਂ ਕਿ ਜੀਜੀ ਉਹਨੇ ਮੈਨੂੰ ਛਿੜਕਿਆ ਕਿਉਂ ਮੈਂ ਕੋਈ ਪੈਸੇ ਲੈ ਕੇ ਬਾਜ਼ ਚਲੀ ਸੀ ਨਾਨੀ ਨੇ ਇਹ ਗੱਲ ਸੁਣ ਕੇ ਜੀਜੀ ਨੂੰ ਕਿਹਾ ਇਹ ਔਰਤ ਤੈਨੂੰ ਲੋਟ ਪੁੱਟ ਲਓ ਤੇ ਤੈਨੂੰ ਫਕੀਰ ਨਹੀਂ ਬਣਾ ਕੇ ਛੱਡੋ ਜੋ ਕੁਝ ਤੂੰ ਕਮਾਉਣੀ ਹੈ ਉਸੇ ਨੂੰ ਖਵਾ ਛੱਡਦੀ ਹੁਣ ਕੀ ਸੀ ਜੀਜੀ ਤੇ ਨਾਨੀ ਚ ਜੰਗ ਸ਼ੁਰੂ ਹੋ ਗਈ ਮੈਂ ਅੰਮੀ ਦੀ ਕਮੀਜ਼ ਲੈ ਕੇ ਆਪਣੇ ਘਰ ਆ ਗਈ ਅੰਮੀ ਨੇ ਮੇਰੇ ਚਿਹਰੇ ਵੱਲ ਦੇਖ ਕੇ ਕਿਹਾ ਕਿਉਂ ਕੀ ਹੋਇਆ ਮੈਂ ਪਾਗਲ ਵਾਲੀ ਗੱਲ ਦੱਸੀ ਤਾਂ ਅੰਮੀ ਨੂੰ ਗੁੱਸਾ ਆ ਗਿਆ ਬੋੜਬੋੜ ਕਰਨ ਲੱਗੀ ਉਸ ਕਮੀਨੀ ਔਰਤ ਨੇ ਤਾਂ ਸਾਰੀ ਬਸਤੀ ਝੱਗ ਲਾ ਰੱਖੀ ਤੇ ਹੁਣ ਕੱਜੂ ਦੇ ਪਿੱਛੇ ਚੰਬੜੀਏ ਅੱਜ ਪੈਸਿਆਂ ਦੀ ਲੋੜ ਐ ਵਿਆਹ ਤੇ ਜਾਣਾ ਐ ਅੱਜ ਜਮਾਦੀ ਭੈਣ ਦਾ ਇੰਤਕਾਲ ਹੋ ਗਿਆ ਉਹਦੇ ਘਰ ਕੁਝ ਲੈ ਕੇ ਜਾਣਾ ਐ ਅੱਜ ਐਰੇ ਗੈਰੇ ਲਈ ਪੈਸੇ ਚਾਹੀਦੇ ਐ ਕਾਫੀ ਦਿਨ ਬੀਤ ਗਏ ਅੰਮੀ ਇੱਕ ਦਿਨ ਕਤਰਨ ਜੋੜ ਕੇ ਰਲੀ ਬਣਾ ਰਹੀ ਸੀ ਮੈਂ ਅੰਮੀ ਦੀ ਮਦਦ ਕਰ ਰਹੀ ਸੀ ਤੇ ਪਤਾ ਨਹੀਂ ਕਿਸ ਵੇਲੇ ਮਾਸੀ ਜਾਤਲ ਆ ਗਈ ਗਲੰਗਲੰਚ ਜੀਜੀ ਦਾ ਜ਼ਿਕਰ ਛਿੜ ਪਿਆ ਕਾਜ਼ੂ ਵਿਚਾਰੀ ਮੁਫਤ ਚਮਾਰੀ ਗਈ ਮਾਸੀ ਜੱਤਲ ਨਹੀਂ ਗਿਆ ਕਿਉਂ ਕਿਉਂ ਕੀ ਹੋਇਆ ਅੰਮੀ ਨੇ ਪੁੱਛਿਆ ਭੈਣ ਉਸ ਪਾਗਲ ਕਮਿਨੀ ਦਾ ਸਭ ਕੁਝ ਕੀਤਾ ਧਰਿਆ ਰੋਣੀ ਸੂਰਤ ਬਣਾ ਕੇ ਕਜ਼ੂ ਕੋਲ ਆਏ ਅੱਖਾਂ ਚੱਥਰੂ ਕਹਿਣ ਲੱਗੀ ਮੈਨੂੰ 500 ਰੁਪਿਆ ਦੇ ਸਖਤ ਲੋੜ ਹੈ ਮੇਰਾ ਭਰਾ ਚੋਰੀ ਦੇ ਇਲਜ਼ਾਮ 'ਚ ਫੜਿਆ ਗਿਆ ਉਹਨੂੰ ਛੁਡਵਾਉਣ ਖਾਤਰ ਵਕੀਲ ਕਰਨਾ ਹੈ ਕਜ਼ੂ ਵਿਚਾਰੀ ਕੋਲ ਉਸੇ ਲਈ ਪੈਸੇ ਨਹੀਂ ਸੀ ਤੇ ਸਾਰਾਂ ਦੇ ਜੇਵਰ ਚੁੱਕੇ ਉਹਨੂੰ ਦੇ ਦਿੱਤੇ ਵੀ ਕਿਸੇ ਕੋਲ ਅਮਾਨਤ ਵਜੋਂ ਰੱਖ ਕੇ ਪੈਸੇ ਫੜ ਲਏ ਆਈ ਹਾਈ ਮਰ ਗਈ ਮੇਰੇ ਜੇਵਰ ਤਾਂ ਗਏ ਅੰਮੀ ਨੇ ਉੱਚੀ ਸੁਰ ਚ ਚੀਕੇ ਗਿਆ ਹਾਂ ਇਹ ਗੱਲ ਤਾਂ ਕਹਿ ਰਹੀ ਆ ਅਜੇ ਇਹ ਗੱਲ ਨਿਕਲੀ ਏ ਜੇਵਰ ਤਾਂ ਭਾਗਲ ਨੇ ਵੇਚ ਹੀ ਦਿੱਤੇ ਸੀ ਓਏ ਹੋਏ ਮਰ ਗਈ ਸਾਰਾਂ ਦੇ ਕਿਸੇ ਰਿਸ਼ਤੇਦਾਰ ਦੀ ਸ਼ਾਦੀ ਏ ਇਸ ਲਈ ਉਹ ਆਪਣੇ ਜੇਵਰ ਕਜ਼ੂ ਤੋਂ ਲੈਣ ਆਈ ਜੇਵਰਾਂ ਦੀ ਗੱਲ ਨਿਕਲੀ ਫਿਰ ਸਾਰਾ ਵੀ ਘਟ ਨਹੀਂ ਉਹਨੇ ਨਾ ਕਜ਼ੂ ਨੂੰ ਬਖਸ਼ਿਆ ਨਾ ਭਾਗਲ ਨੂੰ ਖੂਬ ਖਰੀਆਂ ਘੋਟੀਆਂ ਸੁਣਾਈਆਂ ਕਜ਼ੂ ਇਸ ਫਿਕਰ ਚ ਕਿ ਕਿਤੇ ਗੱਲ ਭਾਈ ਤੱਕ ਨਾ ਪਹੁੰਚ ਜਾਏ ਪਰ ਇਹ ਸੰਭਵੀ ਨਹੀਂ ਸੀ ਭਲਾ ਐਡੀ ਵੱਡੀ ਗੱਲ ਕਿਸ ਤਰ੍ਹਾਂ ਚੁੱਪ ਸਕਦੀ ਸੀ ਤੇ ਕਜੂ ਦੀ ਵੀ ਇਹ ਕਿੱਥੋਂ ਦੀ ਸਿਆਣਪ ਹੈ ਉਹ ਸੌਹਰਤ ਨੇ ਸਭ ਕੁਝ ਹੀ ਉਲਟਾ ਦਿੱਤਾ ਉਹਨੂੰ ਤਾਂ ਆਪਣੀ ਇੱਜ਼ਤ ਦਾ ਵੀ ਖਿਆਲ ਨਹੀਂ ਹਾਂ ਭੈਣ ਹੁਣ ਤਾਂ ਵਿਚਾਰੀ ਫਸੀ ਗਈ ਕਰੇ ਤਾਂ ਕੀ ਕਰੇ ਸਾਰਾਂ ਤੋਂ ਤਿੰਨ ਦਿਨਾਂ ਦਾ ਵਾਅਦਾ ਕੀਤਾ ਅੱਜ ਉਹ ਕਈ ਲੋਕਾਂ ਕੋਲ ਗਈ ਦੇਖੋ ਕੀ ਹੁੰਦਾ ਮੈਨੂੰ ਵੀ ਕਿਹਾ ਕਿ ਵਡੇਰੇ ਕੋਲ ਅੰਗੂਠੀ ਰੱਖ ਕੇ ਪੈਸੇ ਲਿਆ ਦੇਾਂ ਤੇ ਮੈਂ ਉਧਰ ਹੀ ਜਾ ਰਹੀ ਸੀ ਸੋਚਿਆ ਤੇਰੇ ਵੱਲ ਵੀ ਹੁੰਦੀ ਜਾਵਾਂ ਤੇ ਦੂਜੇ ਦਿਨ ਮੈਂ ਤੇ ਅੰਮੀ ਜੀਜੀ ਦੇ ਘਰ ਗਏ ਤਾਂ ਜੀਜੀ ਕੋਲ ਜ਼ੈਬੋ ਤੇ ਜ਼ੁਬੈਰਾ ਦੀ ਮਾਂ ਬੈਠੀ ਸੀ ਜ਼ਬੀ ਦੀ ਮਾਂ ਤੇ ਜੀਜੀ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਜ਼ਬੀ ਮਸ਼ੀਨ ਚਲਾ ਰਹੀ ਸੀ ਤੇ ਮੈਂ ਵੀ ਜ਼ਬੀ ਕੋਲ ਬੈਠ ਗਈ ਨਾਨੀ ਅੰਦਰ ਪਈ ਹੋਈ ਸੀ ਗੱਲਾਂ ਕਰਦੇ ਕਰਦੇ ਜ਼ਬੀ ਦੀ ਮਾਂ ਨੇ ਕਿਹਾ ਭਾਗਲ ਤਾਂ ਅੱਜਕੱਲ੍ਹ ਸ਼ਹਿਰ ਬਾਨੋ ਕੋਲ ਬੈਠੀ ਰਹਿੰਦੀ ਏ ਕਿਹੜੀ ਸ਼ਹਿਰ ਬਾਨੋ ਜੀਜੀ ਨੇ ਪੁੱਛਿਆ ਓ ਅੰਮਾ ਬਿਰਿਆਨੀ ਦੀ ਧੀ ਨਹੀਂ ਜਿਹੜੀ ਪਹਿਲਾਂ ਕਨਬਾਨੀ ਨਾਲ ਜ਼ਿਆਦਾ ਮੇਲ-ਜੋਲ ਰੱਖਦੀ ਸੀ। ਓਏ ਹਾਂ ਹਾਂ ਬਚਾਈ ਦੀ ਤੀ ਨਾ ਅੰਮਾ ਨੇ ਕਿਹਾ ਹਾਂ ਭੈਣ ਉਹ ਹੀ ਬਚਾਈ ਦੀ ਤੀ। ਉਹਨੂੰ ਕਿਸੇ ਤੋਂ ਘਟ ਨਾ ਸਮਝੀ। ਇਹੋ ਜਿਹੀ ਔਰਤਾਂ ਨਹੀਂ ਤਾਂ ਲੋਕਾਂ ਦਾ ਸਤਿਆਨਾਸ਼ ਕੀਤਾ ਹੋਇਆ ਹੈ। ਜੋ ਇਹਨਾਂ ਦੇ ਹੱਥੇ ਚੜ ਜਾਏ ਸਮਝੋ ਖਤਮ। ਜ਼ਬੀ ਦੀ ਮਾਂ ਨੇ ਕਿਹਾ ਮੈਂ ਵੀ ਕਹਾ ਕਿ ਪਾਗਲ ਰੋਜ਼-ਰੋਜ਼ ਭੈਣ ਕਜ਼ੂ ਤੋਂ ਪੈਸੇ ਲੈ ਜਾਂਦੀ ਹੈ ਤੇ ਉਹਨੂੰ ਖਵਾਉਂਦੀ ਰਹੀਏ। ਅੰਮਾ ਨੇ ਕਿਹਾ ਜੀਜੀ ਇਹ ਗੱਲ ਸੁਣ ਕੇ ਚੁੱਪ ਰਹੀ ਪਰ ਮੈਂ ਦੇਖਿਆ ਉਹ ਸਾਰੀ ਦੀ ਸਾਰੀ ਪੀਲੀ ਪੈ ਗਈ ਸੀ। ਕਈ ਦਿਨ ਹੋਰ ਲੰਘ ਗਏ। ਇੱਕ ਦਿਨ ਮੈਂ ਜੀਜੀ ਦੇ ਸਿਰ 'ਚੋਂ ਜੂਆਂ ਕੱਢ ਰਹੀ ਸੀ। ਮਾਨੇ ਜਤਲ ਤੇ ਅੰਮੀ ਵੀ ਬੈਠੀਆਂ ਸਨ ਤੇ ਅਚਾਨਕ ਭਾਗਲ ਆ ਗਈ। ਜੀਜੀ ਨੇ ਭਾਗਲ ਨੂੰ ਦੇਖਿਆ ਤੇ ਕੰਬ ਗਈ ਤੇ ਦੂਜੇ ਪਾਸੇ ਮੂੰਹ ਕਰ ਲਿਆ। ਭਾਗਲ ਨੇ ਜੀਜੀ ਵੱਲ ਵੇਖਦਿਆਂ ਕਿ ਐਨਾ ਗੁੱਸਾ। ਜੀਜੀ ਨੇ ਕੋਈ ਜਵਾਬ ਨਾ ਦਿੱਤਾ। ਜਤਲ ਨੇ ਭਾਗਲ ਵੱਲ ਦੇਖ ਕੇ ਕਿ ਭਾਗਲ ਕਿੰਝ ਜਾਣਾ ਹੋਇਆ। ਸਹਿਰ ਬਾਨੋਂ ਤੋਂ ਵੀ ਢਿੱਡ ਭਰ ਗਿਆ ਕਿ ਜਾਂ ਫਿਰ ਕਿਸੇ ਹੋਰ ਦੇ ਜੇਬਰਾਂ ਦੀ ਲੋੜ ਪੈ ਗਈ ਏ ਤੈਨੂੰ ਬਹੁਤ ਹੋ ਗਈ ਹੁਣ ਬੋਤਾ ਨਾ ਬੋਲ ਤੈਨੂੰ ਵੀ ਜਾਣਦੀ ਆ ਭਾਗਲਤਨ ਕਿ ਖੜੀ ਹੋ ਗਈ ਮਾਸੀ ਜੱਤਲ ਨੇ ਕਿਹਾ ਹੁਣ ਇੱਥੇ ਕੀ ਮੂੰਹ ਲੈ ਕੇ ਆਈ ਐ ਜਾਂ ਆਪਣੀ ਚਹੇਤੀ ਕੋਲ ਬੈਠ ਕਿਉਂ ਨਾ ਬੈਠਾ ਕਿਉਂ ਨਾ ਬੈਠਾਂਗੀ ਸ਼ੀਰੂ ਕਾਮੂ ਕੋਲ ਜਲੀਲ ਕਿਤੋਂ ਦੀ ਮਾਰਾਂ ਖੁਦ ਮਾਰੇ ਤੇ ਚਿੱਕੜ ਉਛਾਲੇ ਦੂਜਿਆਂ ਤੇ ਤੇ ਉਹ ਗਾਲਾਂ ਬਕਦੀ ਦੁਪੱਟੇ ਨੂੰ ਹਵਾ ਚ ਲੈ ਰੌਂਦੀ ਚਲੀ ਗਈ ਤੇ ਹੁਣ ਨਾਨੇ ਨੂੰ ਵੀ ਬੜਾ ਗੁੱਸਾ ਆਇਆ ਪਰ ਉਹਨੇ ਕੁਝ ਕਿਹਾ ਨਹੀਂ ਚੁੱਪ ਰਹੀ ਸਿਲਾਈ ਕਰਦੇ ਕਰਦੇ ਕੱਪੜੇ ਤੋਂ ਉਲਟੀ ਸੀ ਹੋਣ ਵੱਜ ਜਾਂਦੀ ਸੀ ਉਹਨੂੰ ਦੇੜ ਕੇ ਫਿਰ ਸਿੱਧਾ ਕਰਕੇ ਸੀ ਹੋਣਾ ਪੈਣਾ ਸੀ ਸਿਲਾਈ ਕਰਦੀ ਕਰਦੀ ਉਹ ਅਕਸਰ ਉਲਝ ਜਾਂਦੀ ਮਸ਼ੀਨ ਛੱਡ ਕੇ ਮੂੰਹ ਸਿਰ ਲਪੇਟ ਕੇ ਝੂਲੇ ਤੇ ਜਾ ਪੈਂਦੀ ਸੀ ਅਮੀ ਉਹਨੂੰ ਕਹਿੰਦੀ ਕਿਉਂ ਕੱਜੂ ਅੱਜ ਮਸ਼ੀਨ ਕਿਉਂ ਨਹੀਂ ਡਾਈ ਜੀਜੀ ਕਹਿੰਦੀ ਭੈਣੇ ਹੁਣ ਮੈਥੋਂ ਕੰਮ ਨਹੀਂ ਹੁੰਦਾ ਪਤਾ ਨਹੀਂ ਕਿਉਂ ਧਿਆਨ ਪਤਾ ਨਹੀਂ ਕਿੱਧਰ ਕਿੱਧਰ ਭਟਕ ਜਾਂਦਾ ਸੋਚਦੀਆਂ ਘਰ ਛੱਡ ਕੇ ਕਿਤੇ ਉਹ ਜੀ ਥਾਂ ਚਲੀ ਜਾਵਾਂ ਜਿੱਥੇ ਕੋਈ ਨਾ ਹੋਵੇ ਤੇ ਮੈਂ ਕਹਿੰਦੀ ਜੀਜੀ ਜੇ ਤੂੰ ਇੰਜ ਉੱਡ ਕੇ ਚਲੀ ਜਾਏਂਗੀ ਮਾਮੇ ਨੂੰ ਰੋਟੀ ਪਕਾ ਕੇ ਕੌਣ ਖਾਏਗਾ ਧੀਏ ਉਹ ਜਾਣੇ ਤੇ ਉਹਦੀ ਕਿਸਮਤ ਮੈਂ ਸਾਰਿਆਂ ਦਾ ਠੇਕਾ ਤਾਂ ਨਹੀਂ ਲਿਆ ਹੋਇਆ ਉਹਦੀ ਇਸ ਗੱਲ ਤੇ ਨਾਨੀ ਕਹਿੰਦੀ ਕੁੜੀਏ ਇਸ ਉਮਰੇ ਅਸੀਂ ਲੋਕ ਮਜਬੂਰ ਹਾਂ ਤਾਈਆਂ ਰੋਜ਼ ਰੋਜ਼ ਰੋਟੀਆਂ ਦੇ ਮਿਹਣੇ ਮਾਰ ਦੇਣੀਆਂ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਸ਼ਾਦੀ 'ਚ ਕਰਾਚੀ ਚਲੇ ਗਏ ਤੇ 15 ਦਿਨ ਉੱਥੇ ਰਹੇ ਜਿਸ ਦਿਨ ਵਾਪਸ ਆਇਆ ਉਸ ਤੋਂ ਅਗਲੇ ਦਿਨ ਮੈਂ ਤੇ ਅੰਮੀ ਮਠਿਆਈ ਲੈ ਕੇ ਜੀਜੀ ਕੋਲ ਗਏ ਜੀਜੀ ਮੰਜੇ ਤੇ ਪਈ ਸੀ ਤੇ ਜਤਲ ਰੋਟੀਆਂ ਪਕਾ ਰਹੀ ਸੀ ਅੰਮੀ ਨੇ ਜਤਲ ਨੂੰ ਪੁੱਛਿਆ ਕਿਉ ਭੈਣ ਖੈਰੀ ਹੈ ਤੈ ਕੱਜੂ ਪਈਏ ਜਤਲ ਨੇ ਰੋਟੀ ਥਲਦਿਆਂ ਕਿਹਾ ਕੱਜੂ ਵਿਚਾਰੀ ਨੂੰ ਕੱਲਾ ਨੇ ਬਚਾਇਆ ਮਰਦੀ ਮਰਦੀ ਬਚੀ ਅੰਮਾ ਨੇ ਕਿ ਕੀ ਹੋਇਆ ਮਾਸੀ ਜਤਲ ਨੇ ਕਿਹਾ ਬੈਠੀ ਬੈਠੀ ਨੂੰ ਅਚਾਨਕ ਦੌਰਾ ਪੈ ਗਿਆ ਵਿਚਾਰੇ ਮਾਂ ਪੁੱਤ ਡਾਢੇ ਹੀ ਪਰੇਸ਼ਾਨ ਹੋ ਗਏ ਮੈਨੂੰ ਬੁਲਾ ਲਿਆ ਡਾਕਟਰ ਨੂੰ ਬੁਲਾਇਆ ਦਵਾਈਆਂ ਵਗੈਰਾ ਦਿੱਤੀਆਂ ਫੇਰ ਭਰਾ ਜਾ ਕੇ ਅਬਦੁੱਲਾਹ ਨੂੰ ਬੁਲਾ ਕੇ ਲਿਆਇਆ ਜਿਹਨੇ ਪੂਰੀ ਪੂਰੀ ਰਾਤ ਪੜ੍ਹ ਕੇ ਦਮਦ ਕੀਤਾ ਤਾਂ ਜਾ ਕੇ ਕਿਤੇ ਤੀਜੇ ਦਿਨ ਮੋੜ ਪਿਆ ਵਿਚਾਰੇ ਅਬਦੁੱਲਾਹ ਨੂੰ ਆਫਰੀ ਨੇ ਵਰਨਾ ਕਜ਼ੂਤਾ ਅੱਲਾ ਨੂੰ ਪਿਆਰੀ ਹੋ ਚੁੱਕੀ ਸੀ ਜੀਜੀ ਪੂਰਾ ਮਹੀਨਾ ਮੰਜੇ ਤੇ ਪਈ ਰਹੀ ਐ ਲਾ ਲਾ ਕਰਕੇ ਇੱਕ ਮਹੀਨਾ ਹੀ ਬਾਅਦ ਜਾ ਕੇ ਸਿਰ ਚੁੱਕਿਆ ਫੇਰ ਵੀ ਮਾਮਾ ਪੂਰਾ ਮਹੀਨਾ ਅਬਦੁੱਲਾਹ ਤੋਂ ਪਾਣੀ ਕਰਵਾ ਕੇ ਪਿਆਉਂਦਾ ਰਿਹਾ ਤਾਂ ਤਾਂ ਜਾ ਕੇ ਚੱਲਣ ਫਿਰਨ ਦੇ ਕਾਬਿਲ ਹੋਈ ਤੇ ਚਾਚਾ ਅਬਦੁੱਲਾ ਸਾਡੇ ਮਹੱਲੇ 'ਚ ਹੀ ਰਹਿੰਦਾ ਸੀ ਪਹਿਲਾਂ ਉਸ ਘਰ 'ਚ ਜਿਹੜਾ ਰਹਿੰਦਾ ਸੀ ਉਹ ਸਾਨੂੰ ਬਿਲਕੁਲ ਪਸੰਦ ਨਹੀਂ ਸੀ ਹਰ ਵੇਲੇ ਮੂੰਹ ਸੁਜਾਈ ਰੱਖਦਾ ਸੀ ਮੈਂ ਤੇ ਜ਼ਬੀ ਕਦੇ ਕਦਾਰ ਤੱਕੇ ਵਿੱਚੋਂ ਅੰਦਰ ਵੱਲ ਵੇਖ ਲੈਂਦੇ ਤੇ ਉੱਚੀ ਸਾਰੀ ਚੀਕਦਾ ਕੁੜੀਓ ਮੁਰਦਾਰੋ ਦੌੜ ਜਾ ਇੱਥੋਂ ਇਸ ਲਈ ਅਸੀਂ ਉਹਨੂੰ ਰਾਹ 'ਚ ਦੇਖਦੇ ਸਾਂ ਤੇ ਉਹਦੀ ਨਕਲਾਂ ਲਾਉਂਦੇ ਹੁੰਦੇ ਸਾਂ ਉਸ ਵਰਗੀ ਆਵਾਜ਼ ਬਣਾ ਕੇ ਕਹਿੰਦੇ ਕੁੜੀਓ ਮੁਰਦਾਰੋ ਦੌੜ ਜਾਓ ਇੱਥੋਂ ਉਹ ਇਹ ਸੁਣਦਿਆਂ ਹੀ ਸਾਡੇ ਪਿੱਛੇ ਪੈ ਜਾਂਦਾ ਪਰ ਅਸੀਂ ਭੱਜ ਜਾਂਦੇ ਚਾਚਾ ਅਬਦੁੱਲਾ ਕਿਸੇ ਨਾਲ ਨਹੀਂ ਸੀ ਲੜਦਾ ਮੈਨੂੰ ਰਸਤੇ 'ਚ ਮਿਲਦਾ ਤਾਂ ਕਹਿੰਦਾ ਆਪਣੇ ਅੱਬਾ ਨੂੰ ਕਹੀਂ ਅੱਜ ਕਰਾਚੀੋਂ ਮੌਲਵੀ ਸਾਹਿਬ ਤਸ਼ਰੀਫ ਲਿਆ ਰਹੇ ਨੇ ਨਮਾਜ਼ ਪੜਨ ਲਈ ਜਲਦੀ ਆਉਣ ਤੇ ਜਾਂ ਫਿਰ ਕਹਿੰਦਾ ਫਜ਼ਰ ਦੀ ਨਮਾਜ਼ ਤੇ ਤੇਰੇ ਅੱਬਾ ਕਿਉਂ ਨਹੀਂ ਆਏ ਤਬੀਅਤ ਤਾਂ ਠੀਕ ਹੈ ਨਾ ਤੇ ਅਸੀਂ ਗੁਡੀਆਂ ਦੀ ਸ਼ਾਦੀ ਕਰਦੇ ਤਾਂ ਹੱਸ ਕੇ ਕਹਿੰਦਾ ਗੁਡੀਆਂ ਦੇ ਨਿਕਾਹ ਲਈ ਮੌਲਵੀ ਨੂੰ ਲੈ ਕੇ ਨਹੀਂ ਜਾਓਗੇ ਕਿ ਧੰਨਵਾਦ ਚੱਲਦਾ